ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਲੈ ਕੇ ਆਏ ਆ ਜੀ ਪੈਂਡਿੰਗ ਭਰਤੀਆਂ ਦੇ ਨਾਲ ਰਿਲੇਟਡ ਇਨਫੋਰਮੇਸ਼ਨ ਸਟਾਫ ਨਰਸ ਵਾਰਡ ਅਟੈਂਡਡ ਪੈਰਾਮੈਡੀਕਲ ਸਟਾਫ ਜਿੰਨੀਆਂ ਵੀ ਭਰਤੀਆਂ ਰੁਕੀਆਂ ਹੋਈਆਂ ਉਹਨਾਂ ਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਓ ਜੀ ਤਾਂ ਕਿ ਹਰ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਜੋ ਸੋ ਗੱਲ ਕਰਦੇ ਆ ਜੀ ਅੱਜ ਦੀ ਨਵੀਂ ਅਪਡੇਟ ਦੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਅੱਜ ਬਿਜਲੀ ਦੇ ਸਬੰਧ ਵਿੱਚ 300 ਯੂਨਿਟ ਫ੍ਰੀ ਕੀਤੀ ਐ ਅਨਾਉਂਸਮੈਂਟ ਕੀਤੀ ਐ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਸਾਨੂੰ ਥੋੜਾ ਜਿਹਾ ਟਾਈਮ ਦਵੋ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਪ੍ਰੋਮਿਸਸਿਸ ਨੇ ਜਿਹੜੇ ਕੀਤੇ ਸੀਗੇ ਉਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਪੂਰੇ ਕਰਾਂਗੇ ਸੋ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ 25000 ਇਹਨਾਂ ਨੇ ਵੈਕੈਂਸੀਆਂ ਕੱਢਣੀਆਂ ਨੇ ਜਿਨ੍ਹਾਂ ਚੋਂ 4800 ਵੈਕੈਂਸੀ ਹੈਲਥ ਡਿਪਾਰਟਮੈਂਟ ਨਾਲ ਆ ਤੇ 35000 ਮੁਲਾਜ਼ਮਾਂ ਨੂੰ ਕਿਹਾ ਉਹ ਵੀ ਪੱਕੇ ਕਰਨਗੇ ਜਿਹੜੇ ਆ ਮੁਲਾਜ਼ਮ ਨੇ ਜਿਹੜੇ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਪੱਕੇ ਕੀਤਾ ਜਾਊਗਾ ਸੋ ਇਹ ਮਤਲਬ ਮੇਰੇ ਕਹਿਣ ਦਾ ਮਤਲਬ ਆ ਵੀ ਹੁਣ ਇੱਕ ਉਮੀਦ ਜਾਗੀ ਆ ਵੀ ਜਲਦੀ ਤੋਂ ਜਲਦੀ ਹੁਣ ਸ਼ਾਇਦ ਜਿਹੜੇ ਸਟਾਫ ਨਰਸ ਵਾਰਡ اٹੈਂਡੈਂਟ ਤੇ ਜਿਹੜੇ ਰੁਕੇ ਹੋਏ ਆ ਜਿਨ੍ਹਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ ਬੱਚਿਆਂ ਨੂੰ ਉਹਨਾਂ ਨੂੰ ਜਲਦੀ ਜੁਆਇਨਿੰਗ ਲੈਟਰ ਮਿਲ ਜਾਣਗੇ ਸੋ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾਉਣੀ ਚਾਹੁੰਨਾ ਮੈਂ ਇੱਥੇ ਕਿ ਕੱਲ ਮੈਨੂੰ 2-3 ਦਿਨ ਪਹਿਲਾਂ ਇੱਕ ਮੈਸੇਜ ਆਇਆ ਹੋਇਆ ਸੀ ਮੈਂ ਅੱਜ ਮਾਰਨਿੰਗ ਇਹ ਸੀਨ ਕੀਤਾ ਵਾ ਕਿ ਸਾਰਾ ਸਹੀ ਪਤਾ ਕੀਤਾ ਵਾ ਇਹਨਾਂ ਨੇ ਲਿਖਿਆ ਸੀਗਾ ਪਤਾ ਨਹੀਂ ਕਿ ਆ ਦੇਖੋ ਕਿ ਸਾਤਸ਼੍ਰੀ ਗਾਲ ਜੀ ਸਾਰਾ ਸਹੀ ਪਤਾ ਕੀਤਾ ਕਿ 922 ਸਟਾਫ ਨਰਸ ਪੋਸਟ ਲਈ ਸਾਰਾ ਕੁਝ ਰੈਡੀ ਹੋ ਗਿਆ ਵਾ 22 April ਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਫਾਈਨਲਿਸਟ ਆ ਜਾਊਗੀ ਸੋ 22 April ਵੀ ਆਉਣ ਵਾਲੀ ਹੈ ਜੀ ਦੇਖਦੇ ਹਾਂ ਹੁਣ ਇਹਨਾਂ ਦੇ ਮੈਸੇਜ ਦੀ ਜਿਹੜੀ ਮਤਲਬ ਗੱਲਬਾਤ ਇਹਨਾਂ ਨੇ ਕੁਝ ਪਤਾ ਕੀਤਾ ਜਾਂ ਉਦੋਂ ਹੀ ਮੈਸੇਜ ਕਰਤਾ ਸੋ 22 ਤਰੀਕ ਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ ਸੋ ਦੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਪੁੱਛਿਆ ਵਾ ਜੀ ਮੈਂ ਮੈਸੇਜ ਕੀਤਾ ਕਿ ਓਕੇ ਕਿੱਥੋਂ ਪਤਾ ਕੀਤਾ ਤੁਸੀਂ ਪਲੀਜ਼ ਡਿਟੇਲ ਵਿੱਚ ਦੱਸੋ ਫਾਈਨਲ ਲਿਸਟ ਆਊਗੀ ਪੱਕਾ ਕਿਸ ਨੇ ਦੱਸਿਆ ਤੁਹਾਨੂੰ ਸੋ ਜਿੱਦਾਂ ਹੀ ਇਹਨਾਂ ਦਾ ਕੋਈ ਰਿਪਲਾਈ ਆਉਂਦਾ ਵਾ ਕੋਈ ਹੋਰ ਇਨਫੋਰਮੇਸ਼ਨ ਮਿਲਦੀ ਆ ਆਪਾਂ ਨੂੰ ਤਾਂ ਨਾਲ ਦੀ ਨਾਲ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸੋ ਸੋ ਨਾਲ ਦੀ ਨਾਲ ਆਪਾਂ ਹਰ ਇੱਕ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਇਨਫੋਰਮੇਸ਼ਨ ਤੁਹਾਡੇ ਨਾਲ ਡਿਸਕਸ ਕਰਦੇ ਰਹਨੇ ਆ ਸੋ ਉਮੀਦ ਵਾ ਕਿ ਹੁਣ ਜਲਦੀ ਸਾਰਾ ਕੁਝ ਸੋਲੂਸ਼ਨ ਨਿਕਲੇ ਆਊਗਾ ਤੇ ਨਵੀਂ ਸਰਕਾਰ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਲੋਕਾਂ ਨੂੰ ਸੋ ਦੇਖਦੇ ਆ ਕਿੰਨੇ ਇੱਕ ਟਾਈਮ ਦੇ ਵਿੱਚ ਤੁਹਾਨੂੰ ਜੁਆਇਨਿੰਗ ਲੈਟਰ ਈਸ਼ੂ ਕਰਦੇ ਆ ਸੋ ਹਰ ਇੱਕ ਇਨਫੋਰਮੇਸ਼ਨ ਚਾਹੇ ਛੋਟੀ ਤੋਂ ਛੋਟੀ ਚਾਹੇ ਵੱਡੀ ਤੋਂ ਵੱਡੀ ਪ੍ਰਾਪਤ ਕਰਨ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ ਲੈ ਕੇ ਆਵਾਂਗੇ ਅਗਲੀ ਨਵੀਂ ਅਪਡੇਟ ਜਿਹੜੀ ਵੀ ਮਿਲਦੀ ਆ ਸੋ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਣਾ ਨਾ ਭੁੱਲੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਲਿਓ ਜੀ ਧੰਨਵਾਦ